जी की ना है? मेरा नाम शुभदीप सिद्धू है जी। शुभदीप सिद्धू हाँ जी। की शौक ने थोड़े? मेरा ही लिखना है ते गाना है। मेरा पिछे ये गाना है लाइसेंस निंजा जी नाल। ओके सुनाओ जी सुनाओ। ओ कागजी बनाउदे जोद नाल दे फोकी ठाठा शिकार नहीं होवा दे। ओ कागजी बनाउदे जोद नाल दे फोकी ठाठा शिकार नहीं होवा दे। ओ जी ने चकना किसे नु बरंट नहीं लैंदे जी ने बहुत सोहना हो जिथे कपी खाने घराने बलिए भैया दे पट खाने लाने बलिए रख कृपाना युते खाते रोटियां उथों दे नियाणे की सियाणे बलिए होदी ने उत्ते आखियो अजीब करते अड़ी दी गवाही सारा जग मरदा जिथे बंदा मार के कसूर पुछदे जट उस पिंड तो बलांग करदा। पछाण दो गीत केड़ा है? जिन्ना चेर पछाणनगे नहीं उन्ना चेर सुनाउणा नहीं, जोर ला लेना ठीक है जी। पछाण दो एक बार च दस दिया करो भरा बन के। हां जी हां जी भाई कहना सोहा इस नाले हो अवार्ड ही है। तुम जिन्ने इन्ने बंदे मिलते हो बंदे तो वड्डा अवार्ड थोड़ी है, लक्कड़ दीयां ट्राफियां थोड़ी होंदियां ने सारा कुछ है ना। इन्ने बंदे जो जाने किते इकट्ठ हो जाता है अवार्ड ही है। ਤੁਸੀਂ ਉਹ ਕਿਸੇ ਬੰਦੇ ਨੂੰ ਖੜਾਓ ਕੋਈ ਨਹੀਂ ਆਉਂਦਾ ਕਿਸੇ ਕੋਲੇ ਹਨਾ ਜੀ। ਬਿਲਕੁਲ ਲੋਕਾਂ ਦਾ ਪਿਆਰ ਅਵਾਰਡ ਆ, ਤੁਹਾਡਾ ਆਪਦਾ ਪਿਆਰ ਅਵਾਰਡ ਆ ਠੀਕ ਹੈ ਜੀ। ਮੈਟਰ ਨਹੀਂ ਕਰਦਾ ਕੁਝ ਵੀ। ਵੈਸੇ ਪਸੰਦ ਜਾਣਾ ਅਵਾਰਡ ਸ਼ੋਅ ਸੀ? ਉਹ ਨਹੀਂ ਜੀ ਨਹੀਂ ਐਵੇਂ ਕੋਕਾ ਕੋਲਾ ਪੀਓ ਜੀ ਉੱਥੇ ਵੀ ਦੇਖੀ ਜਾਓ ਵੀ ਮੇਰਾ ਨਾਮ ਬੋਲੂ ਨਾ ਬੋਲੂ ਕਾਰੇ ਖਾਤਰ। ਤੁਸੀਂ ਦੱਸੋ ਜੀ ਹੁਣ ਤੁਹਾਨੂੰ ਪਤਾ ਨਹੀਂ ਵੀ ਕਿਹਦੇ ਗਾਣੇ ਕਿੰਨੇ ਚੱਲਦੇ ਨੇ ਇੱਥੇ। ਬਿਲਕੁਲ ਬਿਲਕੁਲ ਅਵਾਰਡ ਨਾਲ ਕੋਈ ਜ਼ਿਆਦਾ ਪਤਾ ਲੱਗਣਾ ਵੀ ਜਾਂ ਇਹਦੀ ਚੜਾਈ ਘੱਟ ਆ ਜਾਂ ਇਹਦੀ ਕੋਈ ਅਗਲਾ ਪੈਸੇ ਪੇ ਕਰਦਾ ਹੈ ਨਾ ਜੀ ਦੇਊਗਾ ਚਲੋ ਉਦਾਂ ਵੀ ਉਹਨਾਂ ਨਾਲ ਪਿਆਰ ਹੈ ਨਾ। ਕਹਿੰਦਾ ਵੀਰੇ ਆਇਓ ਤੁਸੀਂ। ਮੈਨੂੰ ਤਾਂ ਉਹਨੇ ਪਤਾ ਹੀ ਨਹੀਂ ਸੀਗਾ ਵੀ ਉੱਥੇ ਅਵਾਰਡ ਕਿਉਂਕਿ ਮੈਂ ਪਹਿਲੀ ਵਾਰੀ ਅਵਾਰਡ ਦੇ ਗਿਆ ਸੀ। ਉਹ ਸੀਗਾ ਫਿਲਮ ਫੇਅਰ ਅਵਾਰਡ, ਇਹ ਸੀ ਮਿਊਜ਼ਿਕ ਅਵਾਰਡ। ਮੈਂ ਇਸ ਚੀਜ਼ 'ਚ ਫਸ ਗਿਆ ਤੇ ਜਦੋਂ ਮੈਂ ਉੱਥੇ ਨਾਮ ਸੁਣੀ ਗਿਆ ਵੀ ਠਾ ਦੇਣਾ ਇਹਦਾ ਨਾਮ ਠਾ ਦੇਣੇ ਫੇਰ ਨਾਮ ਠਾ ਦੇਣੇ ਮਾਂ ਯਾਰ ਬਾਈ ਕਿਉਂ ਹਨਾ ਕਿਹੜੀ ਵੀ ਕੀ ਅਵਾਰਡਾਂ ਵੂਡਾਂ ਦੀ ਲੋੜ ਸੀ। ਕਹਿੰਦਾ ਨਹੀਂ ਬਾਈ ਵੀ ਇਸ ਤਾਂ ਵੀ ਜਿਵੇਂ ਵੀ ਲੋਕਾਂ ਨੇ ਹਨਾ ਵੀ ਉਹ ਵੋਟਿੰਗ ਸਿਸਟਮ ਹੁੰਦਾ ਨਾ ਮੈਡਮ ਉਹਦਾ ਵੀ ਉਹ ਕਹਿੰਦਾ ਅਸੀਂ ਵੋਟਾਂ ਪਵਾਈਆਂ ਵੀ ਬਾਈ ਤੁਹਾਡਾ ਵੋਟਾਂ 'ਚ ਨਾ ਆਇਆ ਵੀ ਅਸੀਂ ਤਾਂ ਕਰਕੇ ਤੁਹਾਨੂੰ ਅਸੀਂ ਕਿਹੜਾ ਕੋਈ ਉੱਦਾਂ ਕੀਤਾ ਤਾਂ ਕਰਕੇ ਬਾਈ ਠੀਕ ਆ ਯਾਰ ਅਵਾਰਡ ਹੀ ਆ। ਤਾਵਲ ਨੀ ਸਿਰਾਂ ਤੇ ਮਾਣ ਜੱਟਾਂ ਦਾ ਗੱਲ ਸਾਰੀ ਕਰਦੇ ਆ ਕੈਪ ਤੋਂ ਬਿਨਾ ਜਾਂ ਤਾਂ ਘਰੇ ਬਹਿ ਕੇ ਟਾਈਮ ਪਾਸ ਕਰ ਲੈ ਜਾਂ ਨਿਕਲੀ ਨਾ ਬਾਹਰ ਹੋ ਜੀ ਦੇ ਹੇਠ ਕੋੜਾ ਮੋਢੇ ਤੇ ਨਾਲੀ ਨੀ ਅੱਪਕ ਬਨ ਰਾਜ ਆਉਣੇ ਮੋੜ ਵਾਲੀ ਨੀ। ਬਹੁਤ ਰੋ ਬੁਦਾ ਏ ਮਾੜਾ ਬੈਲੀ ਅੱਖ ਨੂੰ ਜਾਲੀ ਨਸ਼ੇ ਦਾ ਜ਼ਰੂਰੀ ਕੋਈ ਨਾ ਕੱਲ ਕਿੱਥੇ ਸੀ ਤੇ ਅੱਜ ਕਿੱਥੇ ਆ ਹਾਉ ਕਿਸੇ ਗੱਲ ਦਾ ਜ਼ਰੂਰੀ ਕੋਈ ਨਾ। ਉਹ ਜਦੋਂ ਤੁਰਾਂ ਲੋਕੀ ਖੜ ਦੇਖਦੇ ਤੁਰਾਂ ਲੋਕੀ ਖੜ ਦੇਖਦੇ ਹੋ ਮੂਸੇ ਵਾਲਾ ਮਸ਼ਹੂਰ ਕੋਈ ਨਾ ਨੀ ਤੇਰਾ ਯਾਰ ਮਸ਼ਹੂਰ ਕੋਈ ਨਾ ਹੋ ਤੇਰਾ ਸਿੱਧੂ ਮਸ਼ਹੂਰ ਕੋਈ ਨਾ। और भाई और असली चल रही है हो जाए कामयाब भाई हो जाए कामयाब। व्यू तो बड़े घट होंगे बंदे तो यार सेलिब्रिटी बंदे नु मैं तो ही कर ले सेलिब्रिटी तो ही कह रहे भाई खबर असली रातों रात की हो जाए मोनेटाइज हो जाए। ਸੁਪਨੇ ਮੇਰੇ ਆਉਂਦੇ ਗਏ ਬਾਈ ਦੇ ਆਈ ਜਾਂਦੇ ਹੁਣ ਵੀ। ਐਂਡ ਵਾਟ ਨੈਵਰ ਥਾਟ ਇਟ ਵਾਸ ਗੋਇੰ ਟੂ ਬੀ ਲਾਈਕ ਥੈਟ ਰਾਈਟ ਪਰ ਬੋ ਉਹਦੀ ਆਵਾਜ਼ ਨੂੰ ਲੱਗੇ ਸਨੀ ਇਦਾਂ ਨਹੀਂ ਹਾਰ ਨਹੀਂ ਮੰਨਣੀ ਉਹ ਚੱਲ ਤੂੰ ਤਗੜਾ ਹੋ ਆ ਲਾਈਫ ਤਾਂ ਆਪਾਂ ਬੈਠੇ ਆ ਜਿੱਥੇ ਨਾ ਵੀ ਕੋਈ ਮੈਂ ਹੁਣ ਸਮਝ ਸਕਿਆ ਕਿ ਬੋ ਮੈਂ ਜਵਾਬ ਨਹੀਂ ਹਾਂ ਬਟ ਬੋ 8 ਮਹੀਨੇ ਲੱਗੇ ਮੈਨੂੰ ਇਹ ਚੀਜ਼ ਨੂੰ। ਮੈਂ ਇੱਥੇ ਤਾਂ ਬੈਠਾ ਮੈਨੂੰ ਹੁਣ ਐਕਸੈਪਟ ਕਰਨੀ ਪੈ ਰਹੀ ਹੈ आखिर पर मिलू एक्सेप्ट करनी पड़ी है कि ਕੀਤਾ ਟਿੱਬਿਆਂ ਦੇ ਪੁੱਤ ਗਾਣੇ ਵਿੱਚ। ਇੱਕ ਦਿਨ ਰਾਤ ਨੂੰ ਆਇਆ ਫੋਨ 10 ਵਜੇ ਕਿ ਮੈਡਮ ਇਦਾਂ ਕਰਕੇ ਵੀ ਸਿੱਧੂ ਮੂਸੇਵਾਲੇ ਦਾ ਗੀਤ ਹੈ ਤੇ ਤੁਸੀਂ ਉਹ ਗੀਤ ਜ਼ਰੂਰ ਕਰਨਾ ਹੈ। ਗੀਤ ਟਿੱਬਿਆਂ ਦਾ ਪੁੱਤ ਸੀਗਾ ਉਹਦਾ ਨਾਮ। ਉਹਨਾਂ ਨੇ ਇਹ ਵੀ ਕਿਹਾ ਕਿ ਤੁਹਾਡੀ ਨਾ ਇਹ ਪਿਕਚਰ ਜਿਹੜੀਆਂ ਉਹ ਦੇਖ ਕੇ ਜਿਹੜੀਆਂ ਫੋਟੋ ਤੁਹਾਡੀਆਂ ਨੈਟ ਤੇ ਹੈ ਤਾਂ ਉਹ ਸਰ ਨੇ ਤੁਹਾਨੂੰ ਖੁਦ ਸਿਲੈਕਟ ਕੀਤਾ ਮੈਡਮ, ਇਸ ਕਰਕੇ ਤੁਸੀਂ ਜ਼ਰੂਰ ਆਣਾ ਹੈ। ਉਹਦੇ 'ਚ ਇੱਕ ਸੀਨ 'ਚ ਉਹ ਬਾਹਰੋਂ ਆਇਆ ਤਾਂ ਉਹਨੂੰ ਮੇਰੇ ਨਾਲ ਲਾ ਕੇ ਜੱਫੀ ਪਾਉਣੀ ਸੀਗੀ ਮਾਂ ਦੇ ਨਾਲ। ਉਹ ਆਇਆ ਉਹਨੇ ਮੈਨੂੰ ਇੰਨੀ ਘੁੱਟ ਕੇ ਜੱਫੀ ਪਾਈ ਜਿਵੇਂ ਕੋਈ ਪੁੱਤ ਆਪਣੀ ਮਾਂ ਨੂੰ ਪਾ ਰਿਹਾ ਹੋਵੇ। ਮੈਂ ਨਹੀਂ ਭੁੱਲ ਸਕਦੀ ਉਹਨੂੰ, ਉਸਨੂੰ, ਉਸ ਬੱਚੇ ਨਾਲ ਮੈਂ ਕੰਮ ਕੀਤਾ। ਉਹਨੇ ਮੈਨੂੰ ਇੰਨਾ ਪਿਆਰ ਤੇ ਸਤਿ ਤੇ ਇੱਕ ਜਿੱਥੋਂ ਤੱਕ ਸਿੱਧੂ ਦਾ ਸਵਾਸ ਸਿੱਧੂ ਡਰਨ ਵਾਲਾ ਜੋਦਾ ਹੈ ਹੀ ਨਹੀਂ ਸੀਗਾ ਜੀ। ਦੇਖੋ ਬਚਪਨ ਤੋਂ ਬੜਾ ਸੀਗਾ ਔਰ ਜਿਹੜੀ ਗੱਲ ਉਹ ਕਹਿੰਦਾ ਸੀ ਉਹ ਦਬਾ ਕੇ ਗਿਆ ਖੇਤ ਤੱਕ। ਕਈ ਵਾਰੀ ਉਹਨੂੰ ਮੈਂ ਜਦੋਂ ਉਹਦੇ ਨਾਲ ਚੱਲਦਾ ਸੀ ਨਾ ਅਸੀਂ ਮੈਂ ਉਹਨੂੰ ਕਹਿ ਦਿੰਦਾ ਵੀ ਪੁੱਤ ਫੋਨ ਤੁਹਾਡੇ ਮੈਨੂੰ ਫੜਾ ਦਿਓ ਤੇ ਤੁਸੀਂ ਸਟੋਰੀ ਵਗੈਰਾ ਪਾ ਦੋਗੇ, ਆਪਣੀ ਲੋਕੇਸ਼ਨ ਜ਼ਾਹਰ ਹੁੰਦੀ ਹੈ ਤੇ ਤੁਸੀਂ ਫੋਨ ਬੰਦ ਰੱਖਣਾ ਜੀ। ਤੇ ਜਦੋਂ ਮੈਂ ਮਿਲਟਰੀ 'ਚ ਜੌਬ ਕੀਤੀ ਹੈ ਵੀ ਜਦੋਂ ਬੰਦੇ ਤੇ ਅਟੈਕ ਹੁੰਦਾ ਨਾ ਕਈ ਵਾਰੀ ਇਹ ਵੀ ਨਹੀਂ ਪਤਾ ਲੱਗਦਾ ਫੈਰ ਆਇਆ ਕਿੱਥੋਂ ਹੈ। ਤਾਂ ਮੈਨੂੰ ਹੱਸ ਕੇ ਕੋਈ ਕਹਿੰਦਾ ਪਾਪਾ ਜੇ ਇਦਾਂ ਦੀ ਗੱਲ ਹੋ ਗਈ ਫਿਰ ਭੱਜਣ ਵਾਲੇ ਤਾਂ ਆਪਣਾ ਵੀ ਸੁਭਾਅ ਹੈ ਨਹੀਂ, ਫਿਰ ਦੇਖਾਂਗੇ ਜਿਹੋ ਜਿਹੀ ਕੁਝ ਬਣੂਗੀ। ਔਰ ਉਹ ਗੱਲ ਨੂੰ ਪੂਰੀ ਕਰਕੇ ਗਿਆ। ਇਹ ਕੱਲਾ ਦੂਜੇ ਪਾਸੇ 6 ਬੰਦੇ ਫੈਰ। ਇਸ ਗੱਲ ਨੂੰ ਬਖੂਬੀ ਕਹਿੰਦਾ ਸੀ ਵੀ ਜੋ ਆਪਾਂ ਸਟੇਜ ਤੇ ਗਾਉਂਦੇ ਆ ਨਾ ਕੋਈ ਆਪਾਂ ਉੱਥੇ ਕਾਪੀਆਂ ਮਾਰ ਕੇ ਫੁਕਰੀਆਂ ਮਾਰਨ ਵਾਸਤੇ ਨਹੀਂ ਗਏ, ਆਪਾਂ ਉਦਾਂ ਦੀ ਜ਼ਿੰਦਗੀ ਵੀ ਜਿਉ ਰਹੇ ਆ। ਕਿਉਂਕਿ ਇੰਨੇ ਕਠਿਨ ਹਾਲਾਤ ਦੇ ਵਿੱਚ ਕਦੇ ਕੋਈ ਪੋਲੀਟੀਸ਼ੀਅਨ ਪਿੱਛੇ ਪੈ ਗਿਆ, ਕਦੇ ਕੋਈ SSP ਪਿੱਛੇ ਪੈ ਗਿਆ, ਕਦੇ ਕਿਸੇ ਗੈਂਗਸਟਰ ਦਾ ਫੋਨ ਆ ਗਿਆ। ਕੰਮ ਆਪਣਾ ਕਰਦੇ ਇਹਨਾਂ ਲੋਕਾਂ ਥੱਲੇ ਲੱਗਣ ਦਾ ਕੀ ਕੰਮ, ਕਿਸੇ ਤੋਂ ਮਾਫੀਆਂ ਕਿਉਂ ਮੰਗੀਏ ਯਾਰ। ਇਹ ਕੰਮ ਉਹ ਵੀ ਮੰਨਦਾ ਸੀ। ਫਿਰ ਮੈਂ ਇਹਨੂੰ ਕਿਹਾ ਮੈਂ ਵੀ ਫੌਜੀ ਆ, ਫਿਰ ਮਗਰ ਬਿਸਤਰਾ ਵੇਰਾ ਲਾ ਲਾ, ਫਿਰ ਜਿਵੇਂ ਨਿਬੜੂਗੀ ਉਹ ਜਿਵੇਂ ਕਰਾਂਗੇ ਅਸੀਂ, ਕਰਿਆ ਕਾਮਯਾਬੀ ਨਾਲ ਕਾਮਯਾਬੀ ਹੋ। ਆਉਣ ਵਾਲੇ ਸਮੇਂ ਦੇ ਵਿੱਚ ਆਪ ਅਗਲੇ ਮਾਰਚ ਦੇ ਵਿੱਚ ਮੈਂ ਵੀ उस बच्चे को बधाई दूंगा, उसकी बरसी करूंगा। वैसे उम्मीद मैनू ये सी भी वो मेरी बरसी करूंगा, पर हालात ऐसा दे है जो तुस भावा नानका साई गल चंगी, जो अकाल पुरख दा हुकम उस तो बिना पत्ता भी नहीं हलदा वीरो। सो अगले मार्च दे विच आपां दुबारा फिर इकट्ठे होवांगे किते। फिर भी जे सरकार ने कोई अपनी गल ना सुनी जिवें ओह लद्दी खड़ी है। धन्नवाद, जिउंदे रहो। तुहाडे ते मेरियां आसां ने। और जिवें दीप दी लद्दी खड़ी है वीरो, मैं भी तैयार कर ली। आपां लोकां कोले जावांगे, इत्थों दे हालात दसांगे भी जे पुत्त बचाउणे है तां सानूं कोई ना कोई हीला वसीला करना पऊगा। रहिंदी जिंदगी ते जे एक दो जाना भी इहो जिहियां बचा के मैं समझूंगा मैं कौम दे किसे परिवार दे काम आया। मर्डर आपां हर एक दा कहदे ने, एक मर्डर वो हुंदा है जिहदे नाल 100 परिवार होर भी मरदे। तुसीं कल्ला सिद्धू ते जाण ना मैनूं तां जो घाटा पिया पिया, जिहड़े उत्थे वीडियो म्यूजिक डायरेक्टर ड्राइवर घट्टो घट 100-150 फैमिली जिहड़ी आ उह तों प्रभावित होई आ। ओह उहनां दे ठूठे च लत वजी आ किसे ने। ਉਹ ਗੋਲੀਆਂ ਚਲਾਉਣ ਲੱਗੇ। ਤੁਸੀਂ ਚੰਦ ਰੁਪਈਆਂ ਦੀ ਖਾਤਰ ਇਹ ਤਾਂ ਵੇਖ ਲਿਆ ਕਰੋ। ਮੈਂ ਸਾਰੀ ਸੰਗਤ ਨੂੰ ਸਿਰ ਤੋਂ ਪੱਗ ਲਾ ਕੇ ਵੀ ਉਦੋਂ ਇਹੀ ਬੇਨਤੀ ਕਰੀ ਸੀ ਵੀ ਮੈਂ ਤੁਹਾਡਾ ਕਰਜ਼ਦਾਰ ਹਾਂ। ਉਹ ਤੁਸੀਂ ਜਿੰਨਾ ਮੈਂ ਦੀਪ ਸਿੱਧੂ ਨੂੰ ਵਿਦਾ ਕਰਨ ਵੇਲੇ ਤੁਹਾਡਾ ਇਕੱਠ ਵੇਖਿਆ, ਲੱਗਦਾ ਸੀ ਹਲੇ ਇਨਸਾਨੀਅਤ ਹੈਗੀ ਹੈ। ਜਿੱਦਾਂ ਮੇਰੇ ਬੱਚੇ ਦਾ ਸੰਸਕਾਰ ਸੀ 35 ਕਿਲੋਮੀਟਰ ਦੇ ਵਿੱਚ ਜਾਮ ਲੱਗਿਆ ਹੋਇਆ ਸੀ, ਉਹਦੇ ਤੋਂ ਮੈਂ ਆਪਣੇ ਆਪ ਨੂੰ ਤੁਹਾਡੇ ਸਮਰਪਿਤ ਕਰਤਾ ਸੀ। ਜਿਹੇ ਜਾਂ ਜਿੰਨੀ ਜੋਗਾ ਜਿੱਤੇ ਕੰਮ ਆ ਗਿਆ ਮੈਂ ਹਾਜ਼ਰ। ਹਜ਼ਾਰਾਂ ਜਵਾਕ ਖੜਾ ਹੋ ਜਾਂਦਾ ਸੀ। ਉਹ ਕਹਿੰਦੇ ਹੈਗੇ ਵੀ ਸਿੱਧੂ ਚ ਹੰਕਾਰ ਸੀ। ਜਿਹੜੇ ਬੰਦੇ ਨੇ ਆਪਣੀ ਨਾ ਜ਼ਮੀਨ ਤੋਂ ਉੱਠ ਕੇ ਇੱਥੇ ਤੱਕ ਆਪਦੀ ਆਪ ਤਰੱਕੀ ਕੀਤੀ ਹੋਵੇ ਉਹਦੇ ਚ ਹੰਕਾਰ ਹੁੰਦਾ। ਠੀਕ ਹੈ, ਮੈਂ ਅੱਜ ਫਕਰ ਮਹਿਸੂਸ ਕਰਦੀ ਹਾਂ ਵੀ ਮੇਰਾ ਪੁੱਤ ਤਾਂ ਬਹਾਦਰ ਸੀ, ਸ਼ੇਰ ਸੀ, ਜਿਹਨੇ ਇੰਨੀ ਦੁਨੀਆ ਇਕੱਠੀ ਕੀਤੀ ਹੈ, ਜਿਹਨੂੰ ਇੰਨੀਆਂ ਮਾਵਾਂ ਰੋਂਦੀਆਂ ਨੇ, ਜਿਹਨੂੰ ਇੰਨੇ ਬੱਚੇ ਰੋਂਦੇ ਨੇ, ਜਿਹਨੂੰ ਇੰਨੇ ਬਜ਼ੁਰਗ। ਮਾਂ ਘੱਟ ਸੁਣਦੇ ਹੋ ਹਨਾ, ਜਮਾਂ ਨਾ ਸੁਣਿਓ, ਪਰ ਆਪਣੀਆਂ ਦੁਆਵਾਂ ਚ ਜ਼ਰੂਰ ਯਾਦ ਰੱਖਿਓ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਮੇਰੀ ਵੀ ਉਮਰ ਲਾਵੇ।